ਨਬੀ ਕਰੀਮ ਦੇ ਸਾਥ ਤੋਂ ਬਾਅਦ ਜਿਹੜਾ ਸਹਾਬਾ ਤੇ ਗੁਜ਼ਰੀ ਗਏ ਅਗਰ ਇਹ ਸੁਣਨਾ ਹੋਵੇ ਤੇ ਦੋ ਕਹਿਣੇ ਦਾ ਲੈਣਾ ਮੌਜੂ ਹੈ ਇਨਸ਼ਾਅੱਲਾ ਫਿਰ ਕਿਤੇ ਜ਼ਿੰਦਗੀ ਰਹੀ ਤੇ ਮੈਂ ਆ ਕੇ ਬਿਆਨ ਕਰਾਂ ਕਿ ਮੈਨੂੰ ਬਾਅਦ ਦਾ ਹੁਕਮ ਹੋ ਰਿਹਾ ਦਾਇਆ ਕਲਬੀ ਵਾਲਾ ਵਾਕਿਆ ਸੁਣਾ ਦਿਓ ਮੈਂ ਸਿਰਫ ਸ਼ਾਰਟ ਕਰਕੇ ਸੁਣਾ ਦਿਆਂ ਇਹ ਸੱਜੇ ਖਲੋਤੇ ਨੇ ਇਹਨਾਂ ਵੀ ਖਾਨੇ ਚਾ ਕੇ ਇਸ ਹਮਲੇ ਵਿੱਚ ਫਸੀ ਹੈ ਕਿ ਹੋਰ ਵੀ ਦੋ ਆ ਗਈਆਂ ਲੇਕਿਨ ਮੈਂ ਜ਼ਿਆਦਾ ਤਮਾਲਤ ਵਿੱਚ ਨਹੀਂ ਜਾਣਾ ਚਾਹੁੰਦਾ ਅੱਲਾਹ ਕਰੀਮ ਨੇ ਯਾਰ ਬਣਾਇਆ ਬੇਮਿਸਾਲ ਹੈ ਨਬੀ ਕਰੀਮ ਅਲੈਹਿ ਸਲਾਮ ਵਰਗਾ ਅੱਲਾਹ ਨੇ ਕੋਈ ਨਬੀ ਨਾ ਬਣਾਇਆ ਨਬੀ ਕਰੀਮ ਦਾ ਉਮਤੀ ਬਣਨ ਉਤਰ ਸਦੇ ਰਹੇ ਤੇ ਪਹਿਲੇ ਤੇ ਸਲਾਮ ਦੀ ਸ਼ਾਨ ਬਿਆਨ ਕਰ ਲਈ ਸਾਰੇ ਜਣੇ ਜਿੰਨੇ ਹੋ ਉਹ ਹੱਥ ਬੁਲਾ ਕੇ ਕਰਨੇ ਨੇ ਮੂਵੀ ਵਾਲੇ ਤੁਹਾਡੀ ਮੂਵੀ ਬਣਾਉਣੀ ਹੈ ਤੇ ਹੁਣੇ ਪਤਾ ਲੱਗ ਜਾਣਾ ਕਿ ਦੀ ਮੁਹੱਬਤ ਨਾਲੇ ਤੇ ਕਿਦੋਂ ਕਿਦੋਂ ਆਪਣੇ ਨਬੀ ਦੀ ਸ਼ਾਨ ਤੇ ਮਾਣ ਹੈ ਤੇ ਅਸੀਂ ਤੇ ਜਨਾ ਦਾ ਕਹਿੰਦੇ ਆ ਰੁੰਦ ਮਾ ਕਰਾ ਗਿਆ ਨਬੀ ਉਸ ਨੇ रात की तनहाई के अंदर कमली वाले ने दुआ मांगी सुबह फजर का वेला नबी करीम अजे मुसल्ले तो सही उठे बैठ जो मिसाल बैठ जो संगी नबी करीम अजे मुसल्ले तो सही उठे कि दाइया कभी तवज्जो एन करके पापा के पार मेरे नबी की बार के विच आ रहा पूरा पैर जमीन पर नहीं लाता मेरा कसम है दाइया जी कमली वाले फिर मैं पूरा पैर थले क्यों नहीं लाता अलकी जी कमली वाले अल्लाह की छोटी छोटी मखलूक को पे डरना कि मेरा मेरे पैर थले आकर मार ना जाए ਮੇਰਾ ਤਾਂ ਪਰਮਾਤਮਾ ਖੁਦਾ ਦੀ ਛੋਟੀ ਛੋਟੀ ਮਖਲੂਕ ਦਾ ਖਿਆਲ ਤੇ ਆ ਗਿਆ ਜ਼ਮਾਨੇ ਜਹਦੀਅਤ ਦੇ ਅੰਦਰ ਜਿਹੜੀ ਬੱਚੀ ਸੀ ਤਾਂ ਤਫਰ ਕੀਤੀ ਆ ਉਹਦਾ ਤੈਨੂੰ ਕਦੇ ਖਿਆਲ ਨਹੀਂ ਆਇਆ ਅੱਜ ਕਿਤੇ ਕਮਲੀ ਵਾਲੇ ਜਦੋਂ ਬੱਚੀ ਦਾ ਖਿਆਲ ਹੁੰਦਾ ਹੈ ਮੇਰਾ ਦਿਲ ਖੁਦ ਤੇ ਆਸੂ ਰੋਂਦਾ ਹੈ ਮੇਰਾ ਤਾਂ ਮੈਂ ਤੁਮਾ ਕੇ ਤੇ ਮਾਜਰਾ ਸੁਣਾ ਤੇ ਬੱਚੀ ਨੂੰ ਕਿਵੇਂ ਸਿੱਧਾ ਨਫਰ ਕੀਤਾ ਦਾਇਆ ਤਕਬੀ ਕਹਿੰਦਾ ਕਮਲੀ ਵਾਲੇ ਕਮਲੀ ਵਾਲੇ ਦਾ ਸਰਦਾਰ ਜ਼ਮਾਨੇ ਜਹਦੀਅਤ ਦੇ ਜਿਹਦੇ ਕਰਕੇ ਹੁੰਦੀ ਹੈ ਸਫੇ ਮਾਤਮ ਵਿੱਚ ਜਾਂਦਾ ਹੈ ਲੋਕ ਤੀਆਂ ਨੂੰ ਜ਼ਿੰਦਾ ਦਫਨ ਤੇ ਕੰਪਨੀ ਵਾਲੇ ਨੇ ਹੋ ਗਿਆ ਕਿ 70 ਬਚਪਨ ਕਬੀਲੇ ਦੀਆਂ ਹੱਥੀ ਜ਼ਿੰਦਾ ਦਫਨ ਕੀਤੀਆਂ ਤੇ ਮੁxtਲਿਫ ਮੁਲਕਾਂ 'ਚ ਕੰਮ ਕਰਨਾ ਜਦੋਂ ਕੰਮ ਤੇ ਚੱਲੇ ਤੇ ਮੇਰੇ ਘਰ ਵੀ ਔਲਾਦ ਪੈਦਾ ਹੋਣ ਵਾਲੀ ਤੇ ਜਾਂਦੀ ਬਾਤ ਬੀਵੀ ਨੂੰ ਵਸੀਅਤ ਕੀਤੀ ਜੇ ਮੇਰੇ ਮਗਰੋਂ 30 ਜੰਮੀ ਤੇ ਜ਼ਿੰਦਾ ਹੀ ਦੱਸ ਦੇ ਜੇ ਪੁੱਤਰ ਜੰਮਿਆ ਤੇ ਪਾਲ ਲਈ ਕਹਿੰਦਾ 5 ਸਾਲ ਮੁxtਲਿਫ ਮੁਲਕਾਂ 'ਚ ਕੰਮ ਕੀਤੇ 5 ਸਾਲ ਬਾਅਦ ਆ ਕੇ ਦਰਵਾਜ਼ਾ ਕਹਿੰਦੇ ਛੋਟੀ ਜਿਹੀ ਬੱਚੀ ਨੇ ਦਰਵਾਜ਼ਾ ਖੋਲ੍ਹਿਆ ਮੈਂ ਵੇਖ ਕੇ ਕਹਿੰਦਾ ਤੂੰ ਕੌਣ ਹੈ ਤੇ ਬੱਚੀ ਮੇਰੇ ਵੱਲ ਵੇਖ ਕੇ ਤੋਤਲੀ ਜਿਹੀ ਜ਼ਬਾਨ ਲਾ ਕੇ ਕਹਿੰਦੀ ਤੂੰ ਕੌਣ ਹੈ अपनी बच्ची पैदा हुई पाल रही कहना मैं बीवी को गुस्से हो बच्ची को जिंदा क्यों नहीं दफन किया बीवी कहती धीया मावा दियां मांदरा हो गई ने मैं कि बेटी को जिंदा दफन कर दी ਦਾਇਆ ਕਰਮੀ ਕਹਿੰਦਾ ਮੈਂ ਬੀਬੀ ਨੂੰ ਆਖਿਆ ਹੁਣੇ ਗੁਸਲ ਕਰਾ ਅਲੇ ਕਪੜੇ ਪਵਾ ਅੱਜ ਹੀ ਜ਼ਿੰਦਾ ਦਫਨ ਕਰਕੇ ਆਣਾ ਸਿਹਾਬਾ ਸੇ ਜੰਮੇ ਨਫੀਦੇ ਦਾਇਆ ਕਰਮੀ ਇਹ ਵਾਕਿਆ ਮੈਂ ਸੁਣਾਉਂਦਾ ਹੈ ਤੇ ਦਾਇਆ ਕਰਮੀ ਜੋ ਕਹੇ ਕਹਿੰਦਾ ਕਮਲੀ ਵਾਲੇ ਆਓ ਮੇਰੀ ਬੀਬੀ ਬੱਚੀ ਨੂੰ ਗੁਸਲ ਨਹੀਂ ਕਰਾਉਂਦੀ ਗੁਸਲ ਕਰਾ ਕੇ ਸੀਨੇ ਲਾ ਕੇ ਰੋਣ ਲੱਗ ਪੈਂਦੀ ਜਦੋਂ ਗੁਸਲ ਕਰਾ ਕੇ ਲਈ ਮੈਂ